ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਸਲਾਮੁ ਅਲੈਕੁਮ ਅੱਲਾਹ ਤਾਲਾ ਦੀ ਰਹਿਮਤ ਨਾਲ ਅੱਜ ਦਾ ਵਲੌਗ ਕਰਦੇ ਹਾਂ ਜੀ ਸ਼ੁਰੂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਟਿਪ ਟੌਪ ਤੇ ਫਿਟ ਫਾਟ ਹੋਵੋਗੇ ਸੁਬਾਹ ਦੇ ਤਕਰੀਬਨ 9 ਵਜੇ ਹੋਇਆ ਤੇ ਮੈਂ ਤੇ ਅਮਾਰ ਜਨਾਬ ਅਸੀਂ ਆਏ ਹੋਏ ਹਾਂ ਮਰਬੇ ਸਭ ਤੋਂ ਪਹਿਲੇ ਤਾਂ ਤੁਹਾਨੂੰ ਮਰਬੇ ਦਾ ਡੇਰਾ ਸ਼ਸ਼ਕਾ ਚੈੱਕ ਕਰਾਉਣੇ ਆ ਕਿ ਅੱਜ ਕੀ ਕੰਮ ਸ਼ਾਮ ਚੱਲ ਰਿਹਾ ਵਾ ਮਰਬੇ ਅੱਜ ਜਨਾਬ ਦੇਖੋ ਕਿ ਹਰ ਪਾਸੇ ਵਾਂਸ ਹੀ ਵਾਂਸ ਪਏ ਨਜ਼ਰ ਆ ਰਹੇ ਆ ਕਿਉਂਕਿ ਖੇਤਾਂ ਵਿੱਚ ਇੱਕ ਵਾਰੀ ਫੇਰ ਨੈਟ ਲੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਵਾ ਇਸ ਕਰਕੇ ਜਿੱਧਰ ਦੇਖ ਲਓ ਉਧਰ ਹੀ ਵਾਂਸ ਹੀ ਵਾਂਸ ਪਏ ਆ ਤੇ ਮਾਸ਼ਾਅੱਲਾ ਵਾਂਸ ਪੂਰੇ ਤਿਆਰ ਸ਼ੇਅਰ ਕਰਕੇ ਰੱਖੇ ਹੋਏ ਆ ਮੰਝੀਆਂ-ਮੁੰਝੀਆਂ ਰੱਖੀਆਂ ਹੋਈਆਂ ਵਾ ਮੰਝੀ ਇੱਕ ਅਸੀਂ ਨਵੀਂ ਬਣਵਾਈ ਆ ਮੰਝੀਆਂ ਪਹਿਲੇ ਥੋੜੀਆਂ ਸੀਗੀਆਂ ਇਸ ਕਰਕੇ ਬੈਣ ਲਈ ਜਗ੍ਹਾ ਨਹੀਂ ਸੀ ਆ ਗਈ ਮੰਝੀਆਂ ਦੋ ਹੋ ਗਈਆਂ ਵਾ ਤੇ ਅਨਕਰੀਬ ਹੁਣ ਮੰਝੀਆਂ ਤਿੰਨ ਹੋ ਜਾਣੀਆਂ ਇਨਸ਼ਾਅੱਲਾ ਤਾਲਾ ਇੱਕ ਮੰਝੀ ਹੋਰ ਤਿਆਰ ਕਰ ਕਰ ਇੱਥੇ ਰੱਖਣੀ ਆ ਬੜੀ ਗੰਦੀ ਜੀ ਸਮੈਲ ਆ ਰਹੀ ਆ ਸਪਰੇਅ ਦੀ ਆ ਸਪਰੇਅ ਵਾਲੀਆਂ ਬੋਤਲਾਂ ਛੋਦ ਲਾ ਪਈਆਂ ਹੋਈਆਂ ਵਾ ਤੇ ਬਾਲਟੀ ਦੇ ਵਿੱਚ ਨਾ ਸਪਰੇਅ ਘੋਲ ਕੇ ਰੱਖੀ ਹੋਈ ਆ ਉਹ ਦੇਖੋ ਮੇਰੇ ਖਿਆਲ ਕਿਤੇ ਸਪਰੇਅ ਕੀਤੀ ਜਾ ਰਹੀ ਆ ਜਿਹਦਾ ਕਰਕੇ ਉਹਨਾਂ ਨੇ ਪਹਿਲੇ ਮਿਕਸ-ਮੁਕਸ ਕਰਕੇ અમાર જનાબ આયા તો મેરે ਨਾਲ ਸੀਗਾ લેકિન ਹੁਣ ਡੇਰੇ ਤੇ ਬਹਿ ਗਿਆ ਵਾ ਜਦੋਂ ਗਰਮੀ ਹੁੰਦੀ ਆ અમਾਰ ਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ ਹੁਣ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਗਈ ਆ ਇਸ ਕਰਕੇ અમਾਰ ਜਿਹੜਾ ਨਾ ਬਿਮਾਰ ਰਹਿਣ ਲੱਗ ਪਿਆ ਵਾ ਉਹਨੂੰ ਮੈਂ ਬੜੀ ਮੁਸ਼ਕਲ ਆਪਣੇ ਨਾਲ ਡੇਰੇ ਤਿੱਕਰ ਲੈ ਕੇ ਆਇਆ ਵਾਂ ਲੇਕਿਨ ਹੁਣ ਉਹ ਉੰਦਾ ਹੀ ਡੇਰੇ ਤੇ ਲੰਮਾ ਪੈ ਗਿਆ ਵਾ ਡਾਕਟਰ ਕੋਲ ਟਾਈਮ ਵੀ ਲਿਆ ਸੀਗਾ ਲਾਹੌਰ ਗਏ ਵੀ ਸੀਗੇ ਲੇਕਿਨ ਡਾਕਟਰ ਸਾਨੂੰ ਮਿਲ ਨਹੀਂ ਸਕਿਆ ਡਾਕਟਰ ਨੂੰ ਅਮਰਜੈਂਸੀ ਕਿਤੇ ਜਾਣਾ ਪੈ ਗਿਆ ਇਸ ਕਰਕੇ ਸਾਡਾ ਲਾਹੌਰ ਦਾ ਚੱਕਰ ਵੀ ਐਵੇਂ ਜਾਇਆ ਗਿਆ ਉਹ ਵੀ ਮੈਂ ਤੁਹਾਨੂੰ ਵਲੋਗ ਚ ਦਿਖਾਇਆ ਹੋਇਆ ਸੀਗਾ ਜਦੋਂ અમ ਲੇਕਿਨ ਦੁਆ ਕਰੋਗੇ ਅੱਲਾਹ ਤਾਲਾ ਅਮਾਰ ਨੂੰ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇਵੇ ਬੱਚਾ ਸਾਡਾ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਪਿਆ ਵਾ ਕਰੇਲੇ ਦੀਆਂ ਵਿਲਾ ਮਾਸ਼ਾਅੱਲਾ ਜਵਾਨ ਹੋ ਗਈਆਂ ਵਾ ਤੇ ਤੁਸੀਂ ਦੇਖੋ ਕਿ ਵੇਚਣਾ ਸਿਰਫ ਇੱਕ ਬੰਦਾ ਹੀ ਤੋੜ ਸਕਦਾ ਵਾ ਇੰਨੀ ਛੋਟੀ ਜਗ੍ਹਾ ਵਾ ਤੇ ਵੇਲਾ ਮਾਸ਼ਾਅੱਲਾ ਪੂਰੀ ਤਰ੍ਹਾਂ ਆਪਣੀਆਂ ਜਾਲ ਤੇ ਚੜ ਗਿਆ ਹੋਈਆਂ ਵਾ ਅਲਹਮਦੁਲਿਲਾ ਅਲਹਮਦੁਲਿਲਾ ਜਿੰਨੀ ਮਿਹਨਤ ਕੀਤੀ ਹੋਈ ਹੈ ਨਾ ਕਰੇਲੇ ਤੇ ਜਿੰਨਾ ਖਰਚਾ ਕੀਤਾ ਹੋਇਆ ਵਾ ਤੇ ਅੱਲਾ ਕਰੇ ਕਿ ਉੰਨੀ ਹੁਣ ਪੈਦਾਵਾਰ ਵੀ ਹੌਸਲ ਹੋਵੇ ਤੇ ਬਾਕੀ ਮਾਸ਼ਾਅੱਲਾ ਜਨਾਬ ਛੋਟੇ ਛੋਟੇ ਕਰੇਲੇ ਜਿਹੜੇ ਨਾ ਉਹ ਲੱਗੇ ਹੋਏ ਆ ਤੇ ਕਰੇਲਾ ਟੁੱਟਣਾ ਵੀ ਵਿਚ ਵਿਚ ਸ਼ੁਰੂ ਹੋ ਗਿਆ ਵਾ ਜਿਹੜਾ ਜਿਹੜਾ ਵੱਡਾ ਦੇਖਦਾ ਵਾ ਉਹ ਆਪਾਂ ਤੋੜ ਵੀ ਲਈਦਾ ਵਾ ਆ ਦੇਖੋ ਕਿ ਆ ਥੋੜਾ ਜਿਹਾ ਵੱਡਾ ਵਾ ਕਰੇਲਾ ਬਾਕੀ ਪੂਰੇ ਖੇਤ ਵਿੱਚ ਕਰੇਲਾ ਲੱਗਣਾ ਇੱਕ ਵਾਰੀ ਅਸੀਂ ਕਰੇਲਾ ਤੋੜ ਵੀ ਲਿਆ ਵਾ ਮੰਡੀ ਭੇਜ ਵੀ ਦਿੱਤਾ ਵਾ ਜੀ ਮਾਸ਼ਾਅੱਲਾ ਪਹਿਲੀ ਪੈਦਾਵਾਰ ਅਸੀਂ ਹਾਸਲ ਕਰ ਲਈ ਆ ਅਲhamdulillah ਤੇ ਬਾਕੀ ਜਨਾਬ ਇਹਨੂੰ ਰੂੜੀ ਰੜੀ ਪਾਈ ਗਈ ਆ ਆ ਜਿਹੜੀਆਂ ਇਹਦੀਆਂ ਖਾਲੀਆਂ ਤੁਹਾਨੂੰ ਨਜ਼ਰ ਆ ਰਹੀਆਂ ਵਾ ਇਹਦੇ ਵਿੱਚ ਫਾਰਮ ਦੀ ਰੂੜੀ ਜਿਹੜੀ ਆ ਨਾ ਉਹ ਕੇਰੀ ਗਈ ਆ ਜਿਹਨੂੰ ਆਪਾਂ ਪੋਲਟਰੀ ਫਾਰਮ ਕਹਿੰਦੇ ਆ ਜਾਂ ਮੁਰਗੀ ਫਾਰਮ ਕਹਿੰਦੇ ਆ ਇਹ ਸਾਰੀ ਰੂੜੀ ਪੂਰੇ ਖੇਤ ਵਿੱਚ ਜਿਹੜੀ ਆ ਨਾ ਕੇਰੀ ਗਈ ਆ ਤਾਂ ਕਿ ਸਾਡਾ ਕਰੇਲਾ ਜਿਹੜਾ ਹੋਣਾ ਜਲਦੀ ਤੋਂ ਜਲਦੀ ਜਵਾਨ ਹੋਵੇ ਤੇ ਮਾਸ਼ਾਅੱਲਾ ਪੈਦਾਵਾਰ ਜਿਹੜੀ ਬੋਧੀ ਹਾਸਲ ਹੋਵੇ ਕਿਉਂਕਿ ਜਿਹੜੀ ਰੂੜੀ ਹੁੰਦੀ ਆ ਇਹ ਵੀ ਇੱਕ ਖਾਦ ਦਾ ਕੰਮ ਕਰਦੀ ਆ ਜਿੱਦਾਂ ਆਪਾਂ ਖਾਦ ਪਾ ਦਈਏ ਇਦਾਂ ਹੀ ਰੂੜੀ ਰਾੜੀ ਜਿਹੜੀ ਨਾ ਇਹ ਵੀ ਖਾਦ ਦਾ ਹੀ ਕੰਮ ਕਰਦੀ ਆ ਪੁਰਾਣੇ ਵਕਤਾਂ ਵਿੱਚ ਲੋਕ ਜ਼ਿਆਦਾ ਰੂੜੀ ਇਸਤੇਮਾਲ ਕਰਦੇ ਹੁੰਦੇ ਸੀ ਜਦੋਂ ਖਾਦਾਂ ਖੁਦਾਂ ਨਹੀਂ ਸੀ ਹੁੰੀਆਂ ਆ ਗਈਆਂ ਤੇ ਆਪਾਂ ਵੀ ਮਾਸ਼ਾਅੱਲਾ ਰੂੜੀ ਵੀ ਪਾਈ ਆ ਜੀ ਇਹਨੂੰ ਤੇ ਜਨਾਬ ਫਾਈਨਲੀ ਫਾਈਨਲੀ ਅੱਜ ਜਿਹੜਾ ਮੈਂ ਹਰ ਵਲੋਗ 'ਚ ਰੋਲਾ ਪਾਇਆ ਹੁੰਦਾ ਸੀਗਾ ਕਿ ਸਾਡੇ ਵੇਲਤੋਰੀ ਦੇ ਖੇਤ ਵਿੱਚ ਨੈਟ ਲੱਗਣਾ ਵਾ ਬੰਦੇ ਆ ਰਹੇ ਆ ਨੈਟ ਥੋੜੇ ਦਿਨਾਂ ਦੇ ਕਰ ਲੱਗ ਜਾਣਾ ਵਾ ਜਾਂ ਕਿਦੋਂ ਲੱਗਣਾ ਵਾ ਕਿਦੋਂ ਨਹੀਂ ਲੱਗਣਾ ਹੈਗਾ ਤੇ ਅੱਜ ਫਾਈਨਲੀ ਫਾਈਨਲੀ ਸਾਡੇ ਵੇਲਤੋਰੀ ਦੇ ਖੇਤ ਵਿੱਚ ਵੀ ਕੰਮ ਸ਼ੁਰੂ ਹੋ ਗਿਆ ਵਾ ਨੈਟ ਸ਼ੈੱਟ ਲੱਗਣਾ ਸ਼ੁਰੂ ਹੋ ਗਿਆ ਵਾ ਉਹਦੇ ਇbtਿਦਾਈ ਕੰਮ ਜਿਹੜੇ ਆ ਉਹ ਉਹਨਾਂ ਨੇ ਸਾਰੇ ਕਰ ਲਏ ਹੋਏ ਆ ਤੇ ਹੁਣ ਆਪਾਂ ਖੇਤ ਵਿੱਚ ਚੱਲਦੇ ਆਂ ਤੇ ਜਾ ਕੇ ਤੁਹਾਨੂੰ ਦਿਖਾਉਣੇ ਆ ਕਿ ਵੇਲਤੋਰੀ ਦੇ ਖੇਤ ਵਿੱਚ ਨੈਟ ਦਾ ਕੰਮ ਜਿਹੜਾ ਵਾ ਕਿੱਥੇ ਤੱਕ ਪਹੁੰਚ ਗਿਆ ਵਾ ਮੈਂ ਆ ਗਿਆ ਜਨਾਬ ਆਪਣੇ ਵੇਲਤੋਰੀ ਦੇ ਖੇਤ ਵਿੱਚ ਆ ਹੈਗਾ ਆਪਣਾ ਵੇਲਤੋਰੀ ਦਾ ਖੇਤ ਇਹ ਇੱਕ ਖੇਤ ਨਹੀਂਗਾ ਦੋ ਖੇਤ ਵਾ ਇੱਕ ਖੇਤ ਹੈਗਾ ਵਾ ਆਹ ਵਾਲਾ ਤੇ ਇੱਕ ਖੇਤ ਹੈਗਾ ਜੀ ਉਹ ਪਰੇ ਜਿਹੜਾ ਇੱਕ ਪੂਰਾ ਖੇਤ ਵਾ ਉਹਦੇ ਵਿੱਚ ਵਾਂਸ ਫੂਸ ਉਹਨਾਂ ਨੇ ਗੱਡ ਦਿੱਤੇ ਹੋਏ ਆ ਤੇ ਵਾਂਸਾਂ ਦੀ ਗੁਟਾਈ ਵਗੈਰਾ ਵੀ ਸਾਰੀ ਕਰ ਦਿੱਤੀ ਹੋਈ ਆ ਪੂਰੇ ਖੇਤ ਵਿੱਚ ਜਿਹੜਾ ਨਾ ਵਾਂਸ ਫੂਸ ਲਾਤੇ ਹੋਏ ਆ ਤੇ ਹੁਣ ਇਦਾਂ ਹੀ ਜਿਹੜਾ ਦੂਸਰਾ ਖੇਤ ਵਾ ਉਹਦੇ ਵਿੱਚ ਵੀ ਵਾਸ ਫੂਸ ਲਾਉਣ ਲੱਗੇ ਆ ਜਨਰੇਟਰ ਵਗੈਰਾ ਮਸ਼ੀਨ ਵਗੈਰਾ ਉਹਨਾਂ ਨੇ ਲਿਆ ਕੇ ਉੱਥੇ ਰੱਖ ਲਈ ਹੋਈ ਆ ਜਿੱਦਾਂ ਐਸ ਖੇਤ ਵਿੱਚ ਵਾਸ ਲੱਗੇ ਆ ਉਦਾਂ ਹੀ ਹੁਣ ਦੂਸਰੇ ਖੇਤ ਵਿੱਚ ਵੀ ਵਾਸ ਲਾਉਣੇ ਸ਼ੁਰੂ ਕਰਨ ਲੱਗੇ ਆ ਮਾਸ਼ਾਅੱਲਾ ਜਨਾਬ ਜਨਰੇਟਰ ਵਗੈਰਾ ਲਿਆ ਕੇ ਉਹਨਾਂ ਨੇ ਖੇਤ ਵਿੱਚ ਰੱਖ ਲਿਆ ਹੋਇਆ ਵਾ ਕਿਉਂਕਿ ਆਪਣੇ ਖੇਤਾਂ ਵਿੱਚ ਆਪਣੇ ਡੇਰੇ ਤੇ ਬਿਜਲੀ ਬੁਝਲੀ ਨਹੀਂ ਹੈਗੀ ਇਸ ਕਰਕੇ ਜਨਰੇਟਰ ਦੀ ਲੋੜ ਪਈ ਆ ਸਰਾਖ ਮਾਰਨ ਵਾਸਤੇ ਡ੍ਰਿਲ ਜਿਹੜੀ ਆ ਉਹ ਬਿਜਲੀ ਤੇ ਚੱਲਦੀ ਆ ਜਿੱਦਾਂ ਕਰਕੇ ਆਪਾਂ ਜਨਰੇਟਰ ਵਗੈਰਾ ਲਿਆਂਦਾ ਵਾ ਬਾਕੀ ਉਹਨਾਂ ਨੇ ਆਪਣ ਇੱਕ ਰਸੀ ਆ ਬੰਨੀ ਹੋਈ ਆ ਇੱਕ ਰਸੀ ਆ ਬੰਨੀ ਹੋਈ ਆ ਦਰਮਿਆਨ ਦੇ ਵਿੱਚ ਇੰਨਾ فاਸਲਾ ਰੱਖ ਕੇ ਸਰਾਖ ਮਾਰੇ ਜਾਣੀਆਂ ਯਾਨੀ ਕਿ ਇੱਕ ਸਰਾਖ ਉੱਥੇ ਮਾਰਿਆ ਜਾਣਾ ਵਾ ਤੇ ਇੱਕ ਸਰਾਖ ਮਾਰਿਆ ਜਾਣਾ ਵਾ ਇੱਥੇ ਜਿੱਥੇ ਜਿੱਤੇ ਰਸੀਆਂ ਬੰਨੀਆਂ ਵਾ ਤੇ ਡ੍ਰਿਲ ਮਸ਼ੀਨ ਵੀ ਮੈਂ ਤੁਹਾਨੂੰ ਦਿਖਾਉਣਾ ਵਾ ਨਾਲੇ ਸਰਾਖ ਮਾਰੇ ਹੋਏ ਵੀ ਤੁਹਾਨੂੰ ਮੈਂ ਦਿਖਾਉਣਾ ਵਾ ਕਿ ਉਹਨਾਂ ਨੇ ਕਿੱਥੇ ਕਿੱਥੇ ਸਰਾਖ ਜਿਹੜੇ ਆ ਉਹ ਮਾਰ ਲਏ ਹੋਏ ਆ ਇਹ ਦੇਖੋ ਜਨਾਬ ਕਿ ਐਨਾ ਸਰਾਖ ਮਾਰਿਆ ਹੋਇਆ ਵਾ ਤਕਰੀਬਨ 2 ਫੁੱਟ ਡੂੰਗਾ ਸਰਾਖ ਮਾਰਿਆ ਹੋਇਆ ਵਾ ਇਦਾਂ ਹੀ ਪੂਰੀ ਲਾਈਨ ਵਿੱਚ ਦੇਖੋਗੇ ਸਾਰੇ ਸਰਾਖ ਵਜੇ ਹੋਏ ਆ ਤੇ ਪੂਰੀ ਲਾਈਨ ਵਿੱਚ ਇਦਾਂ ਹੀ ਵਾਂਸ ਜਿਹੜੇ ਆ ਉਹ ਖੜੇ ਹੋ ਜਣੇ ਆ ਡ੍ਰਿਲ ਮਸ਼ੀਨ ਹੁੰਦੀ ਆ ਕੁਝ ਇਦਾਂ ਦੀ ਆ ਜਨਾਬ ਡ੍ਰਿਲ ਮਸ਼ੀਨ ਜਿਹਦੇ ਨਾਲ ਸਰਾਖ ਸਰੂਖ ਮਾਰਦੇ ਆ ਮੈਂ ਵਿੱਚੋਂ ਕੱਢ ਕੇ ਦਿਖਾਉਣਾ ਤੁਹਾਨੂੰ ਕਿ ਇਹ ਜਨਾਬ ਸਾਰੀ ਡ੍ਰਿਲ ਮਸ਼ੀਨ ਦਾ ਸ਼ਸ਼ਕਾ ਵਾ ਇਹਦੇ ਨਾਲ ਹੀ ਜ਼ਮੀਨ ਦੇ ਵਿੱਚ ਸਰਾਖ ਸਰੂਖ ਵਜਦੇ ਆ ਤੇ ਉੱਪਰ ਇਹਦੀ ਮੋਟਰ ਸ਼ਟਰ ਲੱਗੀ ਹੋਈ ਆ ਆ ਜਿਹੜਾ ਇਹਦਾ ਬਟਨ ਵਾ ਇਹਨੂੰ ਨਾਪਦੇ ਆ ਫਿਰ ਡ੍ਰਿਲ ਮਸ਼ੀਨ ਥੱਲੇੋਂ ਚੱਲਦੀ ਆ ਤੇ ਫਿਰ ਸਰਾਖ ਮਾਰਦੀ ਆ ਜਿੱਦਾਂ ਕਿ ਆ ਸਰਾਖ ਵਜੇ ਹੋਏ ਤੁਹਾਡੇ ਸਾਹਮਣੇ ਤੁਹਾਨੂੰ ਨਜ਼ਰ ਆ ਰਹੇ ਆ 2 ਇੱਕ ਵਾਂਸ ਤੋਂ ਲੈ ਕੇ ਦੂਸਰੇ ਵਾਂਸ ਤਿੱਕਰ ਜਿਹੜਾ فاਸਲਾ ਵਾ ਇਹ 13 ਫੁੱਟ ਦਾ فاਸਲਾ ਵਾ ਯਾਨੀ ਕਿ ਜਿੱਥੇ ਉਸ ਸਰਾਖ ਮਾਰਿਆ ਹੋਇਆ ਵਾ ਤੇ ਜਿੱਥੇ ਆਸ ਸਰਾਖ ਮਾਰਿਆ ਹੋਇਆ ਵਾ ਇਹਦੇ ਦਰਮਿਆਨ ਚ 13 ਫੁੱਟ ਦਾ فاਸਲਾ ਰੱਖ ਕੇ ਫਿਰ ਸਰਾਖ ਮਾਰਿਆ ਜਾਣਾ ਵਾ ਇਦਾਂ ਹੀ ਪੂਰੇ ਖੇਤ ਦੇ ਵਿੱਚ 13-13 ਫੁੱਟ ਦਾ فاਸਲਾ ਰੱਖ ਕੇ ਸਰਾਖ ਮਾਰ ਜਾਣੇ ਤੁਸੀਂ ਦੇਖੋਗੇ ਜਿੱਦਾਂ ਅੱਗੇ ਸਰਾਖ ਵੱਜਿਆ ਹੋਇਆ ਵਾ ਆਸ ਸਰਾਖ ਵੱਜਿਆ ਹੋਇਆ ਵਾ ਇਦਾਂ ਹੀ 13 ਫੁੱਟ ਦਾ فاਸਲਾ ਰੱਖ ਕੇ ਉਹ ਵੀ ਸਰਾਖ ਵੱਜਿਆ ਹੋਇਆ ਵਾ ਪੂਰੇ ਖੇਤ ਵਿੱਚ ਜਨਾਬ ਇਦਾਂ ਹੀ ਸਰਾਖ ਵੱਜਣੇ ਆ ਖਰਚਾ ਜਿਹੜਾ ਵਾ ਨਾ ਬਹੁਤ ਜ਼ਿਆਦਾ ਕਰਤਾ ਹੋਇਆ ਵਾ 마ਸ਼ਾਅੱਲਾ ਅਲਹਮਦੁਲਿਲਾ ਇਹ ਮੂਹ ਦੀ ਤਾਰੀਫ ਨਹੀਂ ਹੈਗੀ ਲੋਕੀ ਵੀ ਜਿਹੜੇ ਨਾ ਲਾਗੇ ਲਾਗੇ ਜਿੰਨੇ ਵੀ ਹੈਗੇ ਜ਼ਿਮੀਦਾਰ ਕਿਸਾਨ ਵਾ ਬਾਕੀ ਜਿਹੜੇ ਸਬਜ਼ੀਆਂ ਵਗੈਰਾ ਵੀ ਲੁੰਦੇ ਆ ਉਹ ਵੀ ਇਹੇ ਗੱਲ ਕਹਿੰਦੇ ਆ ਕਿ ਜਨਾਬ ਤੁਸੀਂ ਖਰਚਾ ਜਿਹੜਾ ਵਾ ਨਾ ਉਹ ਸਭ ਤੋਂ ਜ਼ਿਆਦਾ ਤੁਸੀਂ ਹੀ ਕੀਤਾ ਵਾ ਤੇ 마ਸ਼ਾਅੱਲਾ ਹਰ ਖੇਤ ਵਿੱਚ ਨੈਟ ਲੱਗਾ ਹੋਇਆ ਵਾ ਹਰ ਖੇਤ ਵਿੱਚ ਕੀਮਤੀ ਤੋਂ ਕੀਮਤੀ ਅੱਛੇ ਤੋਂ ਅੱਛਾ ਬੀਲਿਆ ਅਗਲਾ ਹੋਇਆ ਵਾ ਹਰ ਖੇਤ ਦੀ ਕੇਅਰ ਜਿਹੜੀ ਹੈ ਨਾ ਉਹ ਇੱਕ ਨੰਬਰ ਤਰੀਕੇ ਨਾਲ ਕੀਤੀ ਜਾ ਰਹੀ ਆ ਤੇ ਹੁਣ ਅਲਹਮਦੁਲਿਲਾ ਸਾਡਾ ਕਰੇਲਾ ਜਿਹੜਾ ਵ ਕਦੋਂ ਵੀ ਉੱਤਰਨਾ ਸ਼ੁਰੂ ਹੋ ਗਿਆ ਵਾ ਅਲਹਮਦੁਲਿਲਾ ਤੇ ਅੱਲਾ ਅਗੇ ਇਹੀ ਦੁਆ ਕਰਦੇ ਆਂ ਕਿ ਯਾ ਅੱਲਾ ਜਿੰਨਾ ਖਰਚਾ ਕੀਤਾ ਵਾ ਉਹਦੇ ਹਿਸਾਬ ਨਾਲ ਸਾਨੂੰ ਜਿਹੜੀਆਂ ਮੁਨਾਫਾ ਵੀ ਆਸਣ ਹੋਵੇ ਤੇ ਸਾਡੇ ਸਾਰੇ ਖਰਚੇ ਖੁਰਚੇ ਜਿਹੜੇ ਆ ਨਾ ਉਹ ਵੀ ਪੂਰੇ ਹੋਣ ਕੱਲ ਮਾਸ਼ਾਅੱਲਾ ਆਪਣੀ ਪਾਣੀ ਦੀ ਵਾਰੀ ਸਗੀ ਤੇ ਆਪਾਂ ਪੂਰੀ ਸਬਜ਼ੀ ਨੂੰ ਪਾਣੀ ਛਾਣੀ ਲਾ ਦਿੱਤਾ ਹੋਇਆ ਵਾ ਆ ਜਨਾਬ ਆਪਣਾ ਕਰੇਲੇ ਦਾ ਖੇਤ ਵਾ ਇਹਦੀਆਂ ਵੇਲਾਂ ਜਿਹੜੀਆਂ ਵਾ ਜ਼ਮੀਨ ਦੇ ਉੱਪਰ ਔਣੀਆਂ ਵਾ ਇਹਦੇ ਵਿੱਚ ਨੈਟ ਸ਼ੈੱਟ ਨਹੀਂ ਲਾਇਆ ਹੈਗਾ ਇਹਨੂੰ ਵੀ ਪਾਣੀ ਲੱਗਾ ਹੋਇਆ ਵਾ ਪਿੱਛੇ ਦੋ ਖੇਤ ਵੇਲ ਤੋਰੀ ਦੇ ਆ ਇਹਨਾਂ ਨੂੰ ਵੀ ਪਾਣੀ ਲੱਗਾ ਹੋਇਆ ਤੇ ਸਬਜ਼ੀ ਜਿਹੜੀ ਆ ਕਿਉਂਕਿ ਪਾਣੀ ਦੀ ਲੋੜ ਇਹਨੂੰ ਬਹੁਤੀ ਪੈਂਦੀ ਆ ਅਗਰ ਪਾਣੀ ਨਾਲ ਨਹੀਂ ਆਈ ਤਾਂ ਫੇ ਵੇਲਾ ਮੂਲਾ ਕਲਮੱਕ ਜਾਂਦੀਆਂ ਵਾ ਇੱਕ ਵਾਰੀ ਤਾਂ ਸਾਡਾ ਨਹਿਰ ਦਾ ਪਾਣੀ ਹੁੰਦਾ ਵਾ ਹਫਤੇ ਵਿੱਚ ਇੱਕ ਵਾਰੀ ਹੋਲ ਵਾਲੀ ਦਾ ਵਾ ਤੇ ਇਹ ਹਫਤੇ ਜੇ ਇੱਕ ਵਾਰੀ ਸਾਨੂੰ ਟਿਊਬਲ ਵੀ ਚਲਾਉਣਾ ਪੈਂਦਾ ਵਾ ਕਿਉਂਕਿ ਸਬਜ਼ੀ ਆ ਸਬਜ਼ੀ ਪਾਣੀ ਜਿਹੜਾ ਵਾ ਜ਼ਿਆਦਾ ਮੰਗਦੀ ਆ ਇਸ ਕਰਕੇ ਇੱਕ ਵਾਰੀ ਟਿਊਬਲ ਦਾ ਪਾਣੀ ਲਈਦਾ ਵਾ ਤੇ ਫਿਰ ਇੱਕ ਵਾਰੀ ਨਹਿਰ ਦਾ ਪਾਣੀ ਲਈਦਾ ਵਾ ਇੱਕ ਖੇਤ ਦੇ ਵਿੱਚ ਮਾਸ਼ਾਅੱਲਾ ਜਨਾਬ ਤੁਹਾਡੀ ਦੁਆ ਨਾਲ ਆਪਾਂ ਕਰੇਲਾ ਵੀ ਕਾਸ਼ਤ ਕੀਤਾ ਵਾ ਆਪਾਂ ਮਿਰਚਾਂ ਵੀ ਆ ਜਿਹੜੇ ਵਿੱਚ ਵਿੱਚ ਬੂਟੇ ਲੱਗੇ ਹੋਏ ਆ ਇਹ ਸਾਰੇ ਮਿਰਚਾਂ ਦੇ ਬੂਟੇ ਲੱਗੇ ਹੋਏ ਆ ਤੇ ਮਾਸ਼ਾਅੱਲਾ ਖੇਤ ਦੇ ਚਾਰੋਂ ਸਾਈਡਾਂ ਦੇ ਆਪਾਂ ਪਿਆਜ਼ ਵੀ ਕਾਸ਼ਟ ਕੀਤਾ ਹੋਇਆ ਵਾ ਕਿ ਆ ਦੇਖੋ ਕਿ ਖੇਤ ਦੇ ਕਿਨਾਰਿਆਂ ਦੇ ਉੱਪਰ ਮਾਸ਼ਾਅੱਲਾ ਆਪਾਂ ਪਿਆਜ਼ ਲਾਇਆ ਹੋਇਆ ਵਾ ਇਦਾਂ ਹੀ ਜਿਹੜੇ ਵੇਲਤੋਰੀ ਦੇ ਖੇਤ ਵਾ ਅੱਜ ਤਾਂ ਕਿ ਵੇਲਤੋਰੀ ਦਾ ਖੇਤ ਇਹਦੇ ਵਿੱਚ ਨੈਟ ਦਾ ਕੰਮ-ਸ਼ਾਮ ਚੱਲ ਰਿਹਾ ਵਾ ਇਹਦੀਆਂ ਵੀ ਸਾਈਡਾਂ ਦੇ ਨਾਲ ਆ ਆ ਦੇਖੋ ਕਿ ਪੂਰੀਆਂ ਸਾਈਡਾਂ ਦੇ ਆਪਾਂ ਮਿਰਚਾਂ ਦੇ ਬੂਟੇ ਕਾਸ਼ਟ ਕੀਤੇ ਹੋਏ ਆ ਚਾਰੋਂ ਪਾਸੇ ਇਦਾਂ ਆਪਾਂ ਮਿਰਚਾਂ ਦੇ ਬੂਟੇ ਕਾਸ਼ਟ ਕੀਤੇ ਹੋਏ ਆ ਤੇ ਦਰਮ ਇਧਰ ਵਾਲੀ ਸਾਈਡ ਚੈੱਕ ਕਰੋ ਕਿ ਕਿਦਾਂ ਮਤਲਬ ਕਿ ਇੱਕ ਦੀਵਾਰ ਜੀ ਬਣੀ ਹੋਈ ਆ ਨੈਟ ਲੱਗਾ ਹੋਇਆ ਵਾ ਉੱਤੇ ਵੇਲਾ ਚੜੀਆਂ ਹੋਈਆਂ ਵਾ ਦਰਮਿਆਨ ਦੇ ਵਿੱਚ ਸੜਕ ਆ ਜਾਂਦੀ ਆ ਤੇ ਇਧਰ ਵਾਲੀ ਸਾਈਡ ਦੇ ਵਿੱਚ ਜਨਾਬ ਇਦਾਂ ਹੀ ਕਿਸੇ ਦਿਨ ਨੂੰ ਆਪਣੀ ਦੀਵਾਰ ਬਣ ਜਾਣੀਆਂ ਵੇਲਾ ਉੱਪਰ ਚੜ ਜਾਣੀਆਂ ਵਾ ਫਿਰ ਇਧਰ ਵੀ ਦੁਵਾਰ ਹੋ ਜਾਣੀਆਂ ਇਧਰ ਵੀ ਦੁਵਾਰ ਹੋ ਜਾਣੀਆਂ ਤਾਂ ਦਰਮਿਆਨ ਦੇ ਵਿੱਚ ਜਨਾਬ ਆਪਣੀ ਸੜਕ ਆ ਜਾਣੀ ਆ ਤੇ ਸੜਕ ਦੇ ਉੱਪਰ ਵੀਰਾਂ ਫਿਰ ਬਹੁਤ ਜ਼ਿਆਦਾ ਹੀਟ ਹੋਇਆ ਕਰਨੀਆਂ ਕਿਉਂਕਿ ਨਾ ਇਧਰੋਂ ਹਵਾ ਆਇਆ ਕਰਨੀਆਂ ਨਾ ਇਧਰੋਂ ਹਵਾ ਆਇਆ ਕਰਨੀਆਂ ਤੇ ਫਿਰ ਦਰਮਿਆਨ ਦੇ ਵਿੱਚ ਹੀਟ ਹੋ ਜਾਆ ਕਰਨੀਆਂ ਆ ਜਨਾਬ ਭਾਈਆ ਜਿਹੜੇ ਆਪਣੇ ਨੈਟ ਸ਼ੈੱਟ ਲਾ ਰਿਆ ਖੇਤਾਂ ਵਿੱਚ ਦੋ ਭਾਈਆ ਵਾ ਤੇ ਦੋ ਭਾਈ ਪਿੱਛੇ ਆ ਰਹੇ ਆ ਰੋਟੀ ਰੋਟੀ ਖਾਣ ਗਏ ਹੋਏ ਸੀਗੇ ਹੁਣ ਰੋਟੀ ਰੋਟੀ ਖਾ ਕੇ ਆ ਗਿਆ ਤੇ ਦੁਬਾਰਾ ਜਨਾਬ ਆਪਣੇ ਖੇਤ ਵਿੱਚ ਆ ਗਏ ਜਿੱਥੇ ਇਹਨਾਂ ਨੇ ਕੰਮ ਸ਼ਾਮ ਕਰਨਾ ਵਾ ਪਿਛਲੀ ਵਾਰੀ ਵੀ ਸਾਰਾ ਨੈਟ ਸ਼ੈੱਟ ਜਿਹੜਾ ਵਾ ਨਾ ਇਹਨਾਂ ਭਾਈਆਂ ਨੇ ਲਾਇਆ ਸੀਗਾ ਮੇਨ ਬੰਦਾ ਜਨਾਬ ਉਹ ਵਾਲਾ ਸਾਹਮਣੇ ਇਹਨਾਂ ਨੇ ਪਿਛਲੀ ਵਾਰੀ ਵੀ ਨੈਟ ਲਾਇਆ ਸੀਗਾ ਇਸ ਵਾਰੀ ਵੀ ਇਹੀ ਨੈਟ ਲਾ ਰਿਹਾ ਇੱਕ ਵਾਰੀ ਆਪਣਾ ਨੰਬਰ ਫੇਰ ਲੱਗ ਗਿਆ ਆ ਕੇ ਦੱਸ ਦਵੋ ਕਿ ਅਗਰ ਕਿਸੇ ਹੋਰ ਨੇ ਵੀ ਨੈਟ ਲਵਾਉਣਾ ਹੋਵੇ ਤੇ ਤੁਹਾਡੇ ਨਾਲ ਰਾਬਤਾ ਕਰ ਸਕਦਾ ਵਾ ਜਗਾ 84949998 ਹੈਗਾ 030584949998 ਜਿਹੜੇ ਬੰਦੇ ਨੇ ਨੈਟ ਲੋਣਾ ਹੋਵੇ ਜਨਾਬ ਆ ਭਾਈ ਨਾਲ رابطہ ਕਰ ਸਕਦਾ ਮੇਨ ਠੇਕੇਦਾਰ ਜਿਹੜੇ ਇਹੀ ਆ ਤੇ ਨੈਟ ਸ਼ਟ ਵੀ ਸਾਰਾ ਇਹੀ ਲੋਂਦੇ ਆ ਨੈਟ ਦਾ ਜਨਾਬ ਇਦਾਂ ਹੁੰਦਾ ਵਾ ਕਿ ਅਗਰ ਤੁਸੀਂ ਆਪਣਾ ਨੈਟ ਲਿਆਉਣਾ ਚਾਹੋ ਤੇ ਆਪਣਾ ਵੀ ਲਿਆ ਸਕਦੇ ਆ ਅਗਰ ਤੁਸੀਂ ਠੇਕੇਦਾਰ ਨੂੰ ਕਹੋ ਕਿ ਨੈਟ ਨੈਟ ਵਗੈਰਾ ਸਾਰਾ ਸਮਾਨ ਸਮੂਨ ਉਹ ਲੈ ਕੇ ਆਵੇ ਤੇ ਉਹ ਵੀ ਤੁਹਾਨੂੰ ਸਾਰਾ ਸਮਾਨ ਜਿਹੜਾ ਵਾ ਨਾ ਪ੍ਰੋਵਾਈਡ ਕਰਕੇ ਦੇ ਸਕਦੇ ਆ ਕਿਉਂਕਿ ਅਸੀਂ ਫੈਸਲਾਬਾਦ ਵਿੱਚ ਸਾਡਾ ਫੈਸਲਾਬਾਦ ਵਿੱਚ ਥੋੜਾ ਜਿਹਾ ਮਹਿੰਗਾ ਸਮਾਨ ਮਿਲਦਾ ਸੀਗਾ ਇਸ ਕਰਕੇ ਭਾਈ ਹੈਗੇ ਪਾਕਪਤਨ ਦੇ ਕਹਿੰਦੇ ਉੱਥੋਂ ਥੋੜਾ ਜਿਹਾ ਸਮਾਨ ਜਿਹੜਾ ਨਾ ਸਸਤਾ ਮਿਲ ਜਾਂਦਾ ਵਾ ਤੇ ਅਸੀਂ ਫਿਰ ਇਹਨਾਂ ਨੂੰ ਪੈਸੇ ਪੂਸੇ ਲਵਾਤੇ ਸੀਗੇ ਨੈਟ ਲੂਟ ਜੋ ਸਮਾਨ ਸਮੂਹ ਲਗਣਾ ਡੋਰੀਆਂ ਨੈਟ ਬਾਕੀ ਬਾਕੀ ਵੀ ਜੋ ਜਿੰਨਾ ਵੀ ਸਮਾਨ ਲਗਣਾ ਵਾ ਨਾ ਸਾਰਾ ਇਹ ਭਾਈ ਲੈ ਕੇ ਆਇਆ ਸਿਰਫ ਵਾਂਸ ਅਸੀਂ ਜਾ ਕੇ ਆਪ ਲੈਂਦੇ ਆ ਕਿਉਂਕਿ ਵਾਂਸ ਜਿਹੜੇ ਆ ਉਹ ਪਤੋ ਕੀ ਤੋਂ ਲੈਉਣੇ ਪੈਂਦੇ ਆ ਤੇ ਇਸ ਕਰਕੇ ਵਾਂਸ ਜਿਹੜੇ ਆ ਉਹ ਅਸੀਂ ਆਪ ਲੈਂਦੇ ਆ ਬਾਕੀ ਜਿੰਨਾ ਵੀ ਨੈਟ ਸ਼ੈਟ ਜੋ ਵੀ ਲਗਣਾ ਵਾ ਸਾਰਾ ਕੁਝ ਠੇਕੇਦਾਰ ਆਪ ਹੀ ਲੈ ਕੇ ਆਇਆ ਵਾ ਆ ਜਨਾਬ ਉਹ ਰੂੜੀ ਹੈ ਜਿਹੜੀ ਆਪਾਂ ਕਰੇਲੇ ਨੂੰ ਪਾਈ ਆ ਇਹ ਜਿੱਦਾਂ ਕਿ ਆਪਾਂ ਗੋਬਰ ਕਹਿ ਲਓ ਜਾਂ ਗੋਇਆ ਕਹਿ ਲਓ ਮੱਜਾਂ ਦਾ ਇਹ ਉਹ ਵਾਲੀ ਰੂੜੀ ਨਹੀਂ ਹੈਗੀ ਇਹ ਹੈਗੀ ਆ ਪੋਲਟਰੀ ਫਾਰਮ ਦੀ ਰੂੜੀ ਹੈ ਥੋੜੀ ਜੀ ਨਾ ਬਰੀਕ ਰੂੜੀ ਹੁੰਦੀ ਆ ਤੇ ਫਿਰ ਇਹੀ ਆਪਾਂ ਪੂਰੇ ਕਰੇਲੇ ਦੇ ਖੇਤ ਨੂੰ ਆਪਣੇ ਨੂੰ ਪਾਈ ਆ ਜੀ ਮਾਸ਼ਾਅੱਲਾ ਤੇਰੀ ਵੀਡੀਓ ਪੰਡੀ ਸ਼ੁਰੂ ਹੋ ਗਈ ਆ ਨਾਲ ਆਪਾਂ ਤਸਵੀਰ ਵੀ ਖਿੱਚ ਦਿੰਨੇ ਆ ਠੀਕ ਆ ਬਾਬਾ ਤੁਹਾਡਾ ਦੋਵਾਂ ਦੀ ਯਾਰੀ ਆ ਯਾਰੀ ਬੜੀ ਕਿਦੋਂ ਦੀ ਯਾਰ ਕਿਦੋਂ ਦੀ ਯਾਰੀ ਆ ਇਹੋ ਚੱਲੇ 5-6 ਸਾਲ 5-6 ਸਾਲ ਦੀ ਯਾਰੀ ਆ ਜੀ ਦੋਵਾਂ ਬਾਬਿਆਂ ਦੀ ਸਾੜਿਆਂ ਦੀ ਤੇ ਸਾਨੂੰ ਦਿਖਾਉਣੀ ਆ ਸਾਡੀ ਫੋਟੋ ਹਾਂ ਦਿਖਾਵਾਂਗੇ ਆ ਜਨਾਬ ਬਾਬਾ ਜੀ ਦੋਵੇਂ ਜਣੇ ਇਨਾਂ ਨੂੰ ਜਿਹੜਾ ਨਾ ਘੱਟ ਸੁਣਦਾ ਵਾ ਤੇ ਨਾਲ ਬਾਬਾ ਜੀ ਫਿਰ ਉਹਨਾਂ ਨੂੰ ਸਮਝਾਉਂਦੇ ਵੀ ਹੁੰਦੇ ਕਿ ਆਹ ਕਿਹਾ ਵਾ ਹਣਾ ਇਦਾਂ ਹੀ ਆ ਤੇ ਜਨਾਬ ਬੜੀ ਗੁੜੀ ਪੱਕੀ ਜਾ ਰਹੀ ਆ ਅੱਲਾ ਕਰੇ ਕਿ ਇਦੀ ਤੁਹਾਡੀ ਯਾਰੀ ਜਲਦ ਚੱਲਦੀ ਰਵੇ 5 ਸਾਲ ਤਾਂ ਹੋ ਗਏ ਆ ਹਾਂਜੀ ਸਾਰੀ ਉਮਰ ਅੱਲਾ ਕਰੇ ਇਦਾਂ ਲੰਘ ਜਾਣੀ ਆ ਕੋਈ ਪਤਾ ਨਹੀਂ ਬਾਈ ਜਿੰਦਗੀ ਦਾ ਕਿੱਥੇ ਮੁੱਕ ਜਾਣੀ ਇਹ ਤਾਂ ਅੱਲਾ ਨੂੰ ਪਤਾ ਨਾ ਬਾਕੀ ਇਹ ਜਿੰਨੀ ਦੇਰ ਹੈਗੀ ਉਹਨੀ ਦੇਰ ਤਾਂ ਇਕੱਠੇ ਹੈਗੇ ਕਿ ਨਹੀਂ ਹਾਂ ਬਾਬਾ ਸਿਗਰਟ ਪੀ ਰਿਹਾ ਬਾਬਾ ਲਾਹਾਂ ਕਾਸ਼ੀਰ ਆ ਕਾਸ਼ਲਾ ਆ ਜਰਾ ਵੀਡੀਓ ਕਾਲ ਚੱਲਣੀ ਆ ਲਾਹੌਰ ਜਾਣੀ ਆ ਹਾਂ 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 ਫੋਟੋ ਦੋਹਾਂ ਦੀ ਹਾਂ ਪੂਰੇ ਪਾਕਿਸਤਾਨ ਚ ਸੇ ਚੱਲੂਗੀ ਸਾਡੀ ਪੂਰੇ ਪਾਕਿਸਤਾਨ ਦੀ ਪੂਰੀ ਦੁਨੀਆ ਚਲਾ ਦਾਂਗੇ ਬਾਬਾ ਚੱਲੂਗੀ ਜੀ ਸਾਡੀ ਗੱਲ ਡਾਇਆ ਹੋਇਆ ਕਰ ਹਾਂ ਲੈ ਹਾਂ ਮਾਨਦਰ ਦੀ ਗੱਲ ਮੱਤੀ ਬਾਬਾ ਇਹ ਫੇਰ ਇਹਨਾਂ ਦਾ ਸਬਜ਼ੀਆਂ ਦਾ ਕਾਰੋਬਾਰ ਸੇ ਤੈਨੂੰ ਪਤਾ ਪੂਰੇ ਪਾਕਿਸਤਾਨ ਚ ਵੀ ਚਲਣੀ ਬਖਾ ਹਾਂ ਬਾਬਾ ਪੂਰੇ ਪਾਕਿਸਤਾਨ ਦੀ ਪੂਰੀ ਦੁਨੀਆ ਚਲਾਵਾਂਗੇ ਆਪਾਂ ਠੀਕ ਹੈ ਉਹ ਪੂਰਾ ਪਾਕਿਸਤਾਨ ਦੁਨੀਆ ਹੀ ਹੈ ਹਾਂ ਉਮੀਦ ਕਰਦਾ ਹਾਂ ਕਿ ਅੱਜ ਦੀ ਵੀਡੀਓ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਅਗਰ ਪਸੰਦ ਆਇਆ ਵੀਡੀਓ ਲਾਈਕ ਕਰ ਦਿਓ ਜਿਹੜੇ ਨਵੇਂ ਦੋਸਤ ਵੀਡੀਓ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਲੌਗ ਦੇ ਐਂਡ ਵਿੱਚ ਜਨਾਬ ਅਮਾਰ ਤੁਹਾਨੂੰ ਲੱਭ ਗਿਆ ਵਾ ਤੇ ਸਾਡੇ ਦੋਵਾਂ ਵੱਲੋਂ ਅੱਲਾਹ ਹਾਫਿਜ਼